ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਇਸ ਚੈਨਲ 'ਤੇ। ਫਰੈਂਡਸ, ਅੱਜ ਦੀ ਜੋ ਇਹ ਵੀਡੀਓ ਹੈ, ਇਹਦੇ ਵਿੱਚ ਇੱਕ ਤਾਂ ਮੈਂ ਤੁਹਾਨੂੰ ਡੇਟ ਸ਼ੀਟ ਦੱਸਣ ਜਾ ਰਹੀ ਹਾਂ, ਜਿਨ੍ਹਾਂ ਨੇ ਮੈਰੀਟੋਰੀਅਸ ਵਾਲੇ ਲੈਕਚਰਰਸ ਦਾ ਐਗਜ਼ਾਮ ਫਿਲ ਕੀਤਾ ਸੀ ਉਹਨਾਂ ਦੀ ਡੇਟ ਸ਼ੀਟ ਆ ਚੁੱਕੀ ਹੈ। ਬਹੁਤ ਹੀ ਜਲਦ ਜੋ ਹੈ ਇਹਦਾ ਐਗਜ਼ਾਮ ਕੰਡਕਟ ਹੋਣ ਜਾ ਰਿਹਾ। ਅਤੇ ਸੈਕਿੰਡਲੀ, ਜਿਨ੍ਹਾਂ ਨੇ ਜੋ ਸੀ ਟੈਟ ਦੀ ਵੇਟ ਕਰ ਰਹੇ ਨੇ 2018 ਦੀ, ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਡੇਟ ਸ਼ੀਟ 'ਤੇ ਗੱਲ ਕਰਦੇ ਹਾਂ ਜੀ। ਅਗਸਤ ਦੇ ਵਿੱਚ ਇਹ ਸ਼ੁਰੂ ਹੋਣ ਜਾ ਰਹੇ ਨੇ, ਸੈਕਿੰਡ ਵੀਕ ਤੋਂ 11 ਅਗਸਤ ਤੋਂ ਤੁਹਾਡੇ ਜੋ ਮੈਰੀਟੋਰੀਅਸ ਵਾਲੇ ਲੈਕਚਰਰ ਦੇ ਐਗਜ਼ਾਮ ਨੇ ਉਹ ਸ਼ੁਰੂ ਹੋ ਜਾਣੇ ਨੇ। ਡਿਪਾਰਟਮੈਂਟ ਦੀ ਵੈਬਸਾਈਟ ਦੇ ਉੱਤੇ ਜੋ ਰਿਟਨ ਟੈਸਟ ਦੇ ਨਾਲ ਰਿਲੇਟਡ ਡੇਟ ਸ਼ੀਟ ਹੈ, ਉਹਨਾਂ ਨੇ ਅੱਜ ਅਪਲੋਡ ਕਰ ਦਿੱਤੀ ਹੈ। ਆਪਾਂ ਵਨ ਬਾਈ ਵਨ ਚੈੱਕ ਕਰ ਲੈਂਦੇ ਹਾਂ। 11 ਅਗਸਤ ਨੂੰ ਜੀ ਬਾਇਓ ਦਾ ਐਗਜ਼ਾਮ ਹੈ, 9:30 ਤੋਂ ਲੈ ਕੇ 12 ਵਜੇ ਤੱਕ। ਮਤਲਬ ਸੇਮ ਸ਼ਿਫਟ ਦੇ ਵਿੱਚ ਡਿਫਰੈਂਟ ਡਿਫਰੈਂਟ ਜੋ ਸਬਜੈਕਟਸ ਨੇ ਉਹਨਾਂ ਦਾ ਐਗਜ਼ਾਮ ਹੋਣਗੇ। 11 ਨੂੰ ਹੀ ਕੈਮਿਸਟਰੀ ਦਾ ਵੀ ਹੈ, ਕਾਮਰਸ ਦਾ ਵੀ, ਇਕਨੋਮਿਕਸ ਦਾ ਵੀ। ਅਤੇ ਜੋ ਈਵਨਿੰਗ ਸ਼ਿਫਟ ਹੈ ਉਹਦੇ ਵਿੱਚ ਹੋਏਗਾ ਇੰਗਲਿਸ਼ ਦਾ, ਹਿਸਟਰੀ ਦਾ, ਫਿਜ਼ਿਕਸ ਦਾ। ਠੀਕ ਹੈ ਜੀ, 11 ਨੂੰ ਤੁਹਾਡੇ ਇਹ 7 ਸਬਜੈਕਟਸ ਦੇ ਐਗਜ਼ਾਮ ਹੋਣੇ ਨੇ। ਅਤੇ ਮੈਥ, ਪੋਲੀਟੀਕਲ ਸਾਇੰਸ ਅਤੇ ਪੰਜਾਬੀ ਦਾ ਜੋ ਐਗਜ਼ਾਮ ਹੈ ਉਹ 12 ਅਗਸਤ ਨੂੰ ਹੋਣਗੇ। ਮੋਰਨਿੰਗ ਦੇ ਵਿੱਚ ਜੋ ਹੈ ਪੰਜਾਬੀ ਦਾ ਐਗਜ਼ਾਮ ਹੋਣਾ, ਅਤੇ ਈਵਨਿੰਗ ਸ਼ਿਫਟ ਦੇ ਵਿੱਚ ਮੈਥਸ ਅਤੇ ਪੋਲ ਸਾਇੰਸ ਦਾ ਹੋਣਾ। ਸੋ ਆਪਣੀ ਤਿਆਰੀ ਜੋ ਹੈ ਥੋੜ੍ਹੀ ਜਿਹੀ ਖਿੱਚ ਲਓ। ਹੁਣ ਪ੍ਰੀਵੀਅਸ ਜੋ ਪੇਪਰਸ ਨੇ ਉਹਨਾਂ ਨੂੰ ਇੱਕ ਵਾਰੀ ਰਿਵਾਈਜ਼ ਕਰ ਲਓ, ਚੈੱਕ ਕਰ ਲਿਓ, ਅਤੇ ਤੁਹਾਨੂੰ ਜੋ ਲੈਵਲ ਹੈ ਉਹਨਾਂ ਦਾ ਪਤਾ ਲੱਗ ਜਾਏਗਾ। ਬੈਟਰ ਹੈ ਜੋ ਨੈੱਟ ਵਾਲੇ ਕੁਐਸਚਨਸ ਆਉਂਦੇ ਨੇ UGC ਨੈੱਟ ਦੇ ਵਿੱਚ, ਉਹਨਾਂ ਦੀ ਤਿਆਰੀ ਜ਼ਿਆਦਾ ਤੋਂ ਜ਼ਿਆਦਾ ਕਰੋ, ਕਿਉਂਕਿ ਕੁਐਸਚਨਸ ਉੱਥੋਂ ਹੀ ਮੋਲਡ ਹੋ ਕੇ ਆ ਜਾਣੇ ਨੇ। ਅਤੇ ਇਹ ਵਾਲੀ ਡੇਟ ਸ਼ੀਟ ਜੋ ਹੈ ਤੁਸੀਂ ਵੈਬਸਾਈਟ ਦੇ ਉੱਪਰ ਵੀ ਚੈੱਕ ਕਰ ਸਕਦੇ ਹੋ। ਅਤੇ ਤੁਹਾਡੇ ਜੋ ਐਡਮਿਟ ਕਾਰਡਸ ਨੇ ਉਹ ਅਗਸਤ ਦੇ ਫਸਟ ਵੀਕ ਦੇ ਵਿੱਚ ਜੋ ਨੇ ਸਾਈਟ ਦੇ ਉੱਤੇ ਅਵੇਲੇਬਲ ਹੋ ਜਾਣਗੇ। ਅਤੇ ਹੁਣ ਗੱਲ ਕਰਦੇ ਹਾਂ ਜੀ ਸੈਂਟਰਲ ਟੀਚਰ ਐਲੀਜੀਬਿਲਟੀ ਟੈਸਟ ਦੀ। ਇਹ ਜੋ ਡਿਲੇ ਹੋ ਗਿਆ 22 ਜੂਨ ਤੱਕ, ਵੈਸੇ 22 ਜੂਨ ਤੋਂ ਇਹਦੀ ਰਜਿਸਟ੍ਰੇਸ਼ਨ ਸਟਾਰਟ ਹੋਣੀ ਸੀ, ਬਟ ਕੁਛ ਪ੍ਰਸ਼ਾਸਨਿਕ ਕਾਰਨਾਂ ਕਰਕੇ ਜੋ ਹੈ ਇਹਨਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਹੈ ਉੱਥੇ ਹੀ ਰੋਕ ਦਿੱਤਾ। ਅਤੇ ਇਸ ਕਰਕੇ ਹਲੇ ਇਹਦਾ ਕੋਈ ਵੀ ਫਰਦਰ ਨੋਟਿਸ ਨਹੀਂ ਆਇਆ। ਬਹੁਤ ਸਾਰੇ ਤੁਸੀਂ ਤੁਹਾਨੂੰ ਫੇਕ ਮੈਸੇਜਿਸ ਆਉਂਦੇ ਹੋਣਗੇ, ਯੂਟਿਊਬ 'ਤੇ ਵੀ ਕਾਫੀ ਸਾਰੀਆਂ ਵੀਡੀਓਜ਼ ਅਪਲੋਡ ਹੋ ਰਹੀਆਂ ਨੇ ਕਿ ਅੱਜ ਤੋਂ ਇਹਦੀ ਰਜਿਸਟ੍ਰੇਸ਼ਨ ਸ਼ੁਰੂ ਹੋਣੀ ਹੈ, 22 ਜੁਲਾਈ ਤੋਂ ਹੋਣੀ ਹੈ, 23 ਜੁਲਾਈ ਤੋਂ ਹੋਣੀ ਹੈ। ਤਾਂ ਐਸ ਸੱਚ ਹਲੇ ਕੋਈ ਵੀ ਨੋਟਿਸ ਨਹੀਂ ਆਇਆ। ਜਦੋਂ ਵੀ ਕੋਈ ਐਵੇਂ ਦਾ ਨੋਟਿਸ ਆਏਗਾ ਤਾਂ ਸਭ ਤੋਂ ਪਹਿਲਾਂ ਸਾਈਟ ਦੀ ਜੋ ਵੈਬਸਾਈਟ ਹੈ ਇਹਨਾਂ ਦੀ CBSE ਦੀ, ਉਸ ਦੇ ਉੱਪਰ ਅਪਲੋਡ ਕੀਤਾ ਜਾਏਗਾ। ਸੋ ਇਹੋ ਜਿਹੇ ਰਿਊਮਰਸ 'ਤੇ ਧਿਆਨ ਨਾ ਦਿਓ ਅਤੇ ਆਪਣੀ ਜੋ ਪ੍ਰਿਪਰੇਸ਼ਨ ਹੈ ਉਹ ਕਰਦੇ ਰਹੋ। ਇਹਦੀ ਜੋ ਚਾਂਸਿਸ ਨੇ ਇਹੀ ਨੇ ਕਿ ਅਗਸਤ ਦੇ ਵਿੱਚ ਸ਼ਾਇਦ ਰਜਿਸਟ੍ਰੇਸ਼ਨ ਸਟਾਰਟ ਹੋ ਜਾਵੇ, ਅਤੇ ਜੋ ਐਗਜ਼ਾਮ ਹੈ ਉਹ ਵੀ ਹੁਣ ਪੋਸਟਪੋਨ ਹੀ ਹੋਏਗਾ। ਠੀਕ ਹੈ, ਸੋ ਤੁਸੀਂ ਕਿਸੇ ਵੀ ਰਿਊਮਰ ਵੱਲ ਧਿਆਨ ਨਹੀਂ ਦੇਣਾ, ਆਪਣੀ ਪ੍ਰਿਪਰੇਸ਼ਨ ਜੋ ਹੈ ਉਹ ਕਰਦੇ ਰਹੋ। ਅਤੇ ਇੱਕ ਗੱਲ ਹੋਰ, ਜਿਨ੍ਹਾਂ ਨੇ BEd ਕੀਤੀ ਹੋਈ ਹੈ ਉਹ CTET 1 ਵਾਸਤੇ ਵੀ ਆਪਣੀ ਪ੍ਰਿਪਰੇਸ਼ਨ ਕਰ ਲਓ। ਠੀਕ ਹੈ ਜੀ, ਬਾਈ ਚਾਂਸ ਜਿਵੇਂ ਹੁਣ ਤ੍ਰਿਪੁਰਾ ਬੋਰਡ ਨੇ ਅਲਾਊ ਕਰਤਾ BEd ਵਾਲਿਆਂ ਨੂੰ ਪ੍ਰਾਇਮਰੀ ਟੀਚਰ ਦੇ ਵਾਸਤੇ, ਹੋ ਸਕਦਾ ਹੈ ਕਿ ਪੰਜਾਬ ਗਵਰਨਮੈਂਟ ਵੀ ਅਲਾਊ ਕਰ ਦੇ, ਕਿਉਂਕਿ ਲੋਅ ਇਹ ਬਣ ਚੁੱਕਿਆ, ਤਾਂ ਬਸ ਇੱਕ ਅਪਰੂਵਲ ਦੀ ਲੋੜ ਹੁੰਦੀ ਹੈ। ਸੋ ਸ਼ਾਇਦ ਚਾਂਸਿਸ ਨੇ ਕਿ ਪੰਜਾਬ ਦੇ ਵਿੱਚ ਵੀ ਅਲਾਊ ਕਰ ਦਿੱਤਾ ਜਾਏਗਾ, ਪਰਮਿਸ਼ਨ ਦੇ ਦਿੱਤੀ ਜਾਏਗੀ। ਸੋ ਟਿਲ ਦੈਨ ਤੁਸੀਂ ਆਪਣੀ ਪ੍ਰਿਪਰੇਸ਼ਨ ਕਰਦੇ ਰਹੋ। ਅਗਰ ਕੋਈ ਵੀ ਫਰਦਰ ਨੋਟੀਫਿਕੇਸ਼ਨ ਆਉਂਦੀ ਹੈ ਤਾਂ ਤੁਹਾਨੂੰ ਇਨਫੋਰਮ ਕੀਤਾ ਜਾਏਗਾ। ਇਸ ਚੈਨਲ ਦੇ ਨਾਲ ਜੁੜੇ ਰਹੋ ਜੀ। ਥੈਂਕ ਯੂ, ਥੈਂਕਸ ਫੋਰ ਵਾਚਿੰਗ।